ਅਚਾਨਕ ਪੰਜਾਬ ਰੋਡਵੇਜ਼ ਡਿਪੂ ਦੇ ਜਥੇਬੰਦੀ ਪੰਜਾਬ ਗੌਰਮੈਂਟ ਟਰਾਂਸਪੋਰਟ ਵਰਕਰਸ ਯੂਨੀਅਨ ਏਟਕ ਬ੍ਰਾਂਚ ਦੇ ਸਮੂਹ ਮੈਂਬਰਾਂ ਅਤੇ ਭਰਾਤਰੀ ਜਥੇਬੰਦੀ ਦੇ ਸਾਥੀਆਂ ਨੇ ਇਕੱਤਰਤਾ ਕਰਕੇ ਪਨਵਸ ਵਿੱਚ ਰੱਖੇ CTC, CTD ਅਤੇ CTW ਕਰਮਚਾਰੀਆਂ ਦੇ ਲਗਾਤਾਰ ਠੇਕੇ 'ਤੇ ਕੰਮ ਕਰਦੇ ਹੋਏ ਪੂਰੇ 4 ਸਾਲ ਹੋਣ ਉਪਰੰਤ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਕੇਕ ਕੱਟ ਕੇ ਪੰਜਾਬ ਸਰਕਾਰ ਨੂੰ ਵਧਾਈ ਦਿੱਤੀ ਅਤੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਘੋਰ ਨਿੰਦਾ ਕੀਤੀ। ਅਸੀਂ ਅੱਜ ਪੰਜਾਬ ਗੌਰਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਵੱਲੋਂ ਏਟਕ ਬ੍ਰਾਂਚ ਰੂਪਨਗਰ ਵੱਲੋਂ ਜੋ ਕਿ ਸਾਡੇ ਅੱਜ ਤੋਂ 4 ਸਾਲ ਪਹਿਲਾਂ ਕੰਟਰੈਕਟ 'ਤੇ ਕਰਮਚਾਰੀ ਰੱਖੇ ਗਏ ਸਨ ਜੋ ਕਿ ਸਰਕਾਰ ਨੇ ਸਾਰੇ ਰੂਲਾਂ ਮੁਤਾਬਕ ਉਹਨਾਂ ਦੇ ਪੰਜਾਬੀ ਯੂਨੀਵਰਸਿਟੀ ਨੇ ਟੈਸਟ ਲਿਆ ਸੀਗਾ, ਉਸ ਤੋਂ ਉਪਰੰਤ ਇਹਨਾਂ ਦਾ ਟੈਕਨੀਕਲ ਡਿਪਾਰਟਮੈਂਟ ਨੇ ਇਹਨਾਂ ਦੇ ਇੰਟਰਵਿਊ ਲੈ ਕੇ ਰੱਖੇ ਗਏ ਸੀ। ਪਰ ਉਸ ਐਗਰੀਮੈਂਟ ਦੇ ਵਿੱਚ ਸਰਕਾਰ ਨੇ ਕਿਹਾ ਸੀ ਤੁਹਾਨੂੰ ਇਹਨਾਂ ਨੂੰ 3 ਸਾਲ ਬਾਅਦ ਪੂਰੇ ਹੋਣ 'ਤੇ ਪੱਕਾ ਕੀਤਾ ਜਾਊਗਾ, ਪਰ ਇਹ ਸਰਕਾਰ ਨੇ ਲਾਰੇ ਲਾ ਕੇ 3 ਸਾਲ ਬਾਅਦ ਪੂਰੇ ਹੋਣ ਤੋਂ ਬਾਅਦ 1 ਸਾਲ ਦਾ ਇਹਨਾਂ ਦਾ ਕੰਟਰੈਕਟ ਹੋਰ ਵਧਾ ਦਿੱਤਾ ਗਿਆ ਜੋ ਕਿ ਅੱਜ 22 ਤਰੀਕ ਨੂੰ ਜਿਹੜਾ 4 ਸਾਲ ਦਾ ਵੀ ਕੰਟਰੈਕਟ ਹੈ ਉਹ ਪੂਰਾ ਹੋ ਗਿਆ। ਉਸ ਦੇ ਰੋਸ ਵਜੋਂ ਅੱਜ ਅਸੀਂ ਸਾਰਿਆਂ ਨੇ ਬ੍ਰਾਂਚ ਦੇ ਵਿੱਚ ਸਰਕਾਰ ਦੇ ਖਿਲਾਫ ਰੋਸ ਕਰਦੇ ਹੋਏ ਸਰਕਾਰ ਦੀ ਨਾਕਾਮੀ ਦੇ ਵਿਰੁੱਧ ਕੇਕ ਕੱਟਿਆ ਗਿਆ ਅਤੇ ਆਪਣਾ ਰੋਸ ਜ਼ਾਹਰ ਕੀਤਾ ਅਤੇ ਤਾਂ ਕਿ ਸਰਕਾਰ ਨੂੰ ਕੁਛ ਉਹਦੇ ਸੁੱਤੀ ਹੋਈ ਸਰਕਾਰ ਨੂੰ ਕੰਨਾਂ 'ਚੋਂ ਜੂੰ ਸਰ ਸਕੇ।